पिंड घड़ूमदे टुटे बन नूं बंधन की सेवा निरंतर जारी। बाबा सुखा सिंह जी सरहाली वाले ते संगतां दे सहयोग नाल जल्द ही बन तैयार कर लिया जाएगा। पिंड वासी 19 तरीक नूं हैड दे नज़दीक पिंड घड़ूम विखे बन टुटन कारण हजारां एकड़ फसल डुबन दे नाल नाल लोकां दे घरां दा वी नुकसान होया सी। उपरंत लोकां दे सहयोग नाल ते संत बाबा सुखा सिंह जी सरहाली वालियां दे नाल रल के बन तैयार करन दा काम निरंतर जारी है। ते अज पिंड वासियां अते बाबियां वल्लों बन नूं होर अगे तक बन दिता गया ते जल्द ही इस नूं दूजे पासे दौड़ दिता जाएगा। इस मौके ते पिंड वासियां दा अते इस बज रहे बन नूं तुसीं वी देखो साडी खबर राहीं। ट्यूटोरियल्स के लिए विजिट कीजिए www.mtctutorials.com और डाउनलोड कीजिए। भी सारी संगत दूर दूर तक पहुंचे इतने तो साडा संजोग दियो तुहाडे संजोग दे नाल ही ये पुल बढ़ चलिया वा तो यह संगत सभरावां दी बचूगी। तो तुम मेहरबानी करके सारे इतने पहुंचो, ट्राले लेके आओ, बोरे भर के। जिस तरह अज तुम इतने पिंड घड़ूम सेवा कर रहे हो बन की कहना चाहते हो? ਅਸੀਂ ਅੱਜ ਜਿੰਨੇ ਵੀ ਭੈਣ ਭਰਾ ਸਾਨੂੰ ਤਾਂ ਤਕਰੀਬਨ ਡੇਢ ਮਹੀਨਾ ਹੋ ਗਿਆ ਸਾਰਿਆਂ ਨੂੰ ਲੱਗਿਆ ਨੂੰ, ਕਿਉਂਕਿ ਜੇ ਬੰਨ ਦੇ ਅੰਦਰ ਸਾਡੇ ਭੈਣ ਭਰਾ ਡੁੱਬੇ ਆ ਅਤੇ ਦੂਜੇ ਦਾ ਜਿਹੜਾ ਬੰਨ ਟੁੱਟਣਾ ਸੀ ਅਤੇ ਸਾਡੇ 5-7 ਪਿੰਡ ਜਿਹੜੇ ਹੁਣ ਡੁੱਬ ਚੁੱਕੇ ਆ ਉਹ ਡੁੱਬਣ ਦਾ ਡਰ ਹੀ। ਅਸੀਂ ਸ਼ੁਰੂ ਤੋਂ ਹੀ ਇਹ ਬੰਨ ਬੰਨਣ ਦਾ ਸਹਿਯੋਗ ਦਿੰਦੇ ਹਾਂ ਸਾਰਿਆਂ ਭੈਣ ਭਰਾਵਾਂ ਦਾ। ਪਰ 19 ਤਰੀਕ ਨੂੰ 1:05 ਦੇ ਜੋ ਅਸੀਂ ਬਹੁਤ ਜੱਦੋਜਹਿਦ ਕੀਤੀ ਸੀ ਫਿਰ ਵੀ ਇਹ ਬੰਨ ਟੁੱਟ ਗਿਆ। ਉਦੋਂ ਦਾ ਹੀ ਸਾਰਿਆਂ ਸੰਤ ਬਾਬਾ ਸੁੱਖਾ ਸਿੰਘ ਜੀ ਜਿਹੜੇ ਸਰਹਾਲੀ ਸਾਹਿਬ ਵਾਲੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਲਾਗੇ ਦੇ ਪਿੰਡਾਂ ਦੇ ਦੂਰ ਦੁਰਾਡੇ ਦੇ ਪਿੰਡਾਂ ਦੇ ਜਿੰਨੇ ਵੀ ਭੈਣ ਭਰਾ ਸਾਰਿਆਂ ਦੇ ਸਹਿਯੋਗ ਦੇ ਨਾਲ ਉਦੋਂ ਦਾ ਹੀ ਬੰਨ ਬੰਨਣਾ ਸ਼ੁਰੂ ਕਰਤਾ। ਅਤੇ ਸੋ ਮਾਲਕ ਕਿਰਪਾ ਰੱਖੇ, ਗੁਰੂ ਦੀ ਕਿਰਪਾ ਤੋਂ ਬਗੈਰ ਕੁਛ ਨਹੀਂ ਹੋਣਾ। ਇਹ ਨੌਜਵਾਨਾਂ ਨੂੰ ਇੰਨਾ ਉਤਸ਼ਾਹ ਮਿਲਿਆ ਵਾ, ਮੈਨੂੰ ਲੱਗਦਾ ਵੀ ਅੱਜ ਨਹੀਂ ਤਾਂ ਕੱਲ੍ਹ ਤੱਕ ਇਹ ਬੰਨ ਕੰਪਲੀਟ ਹੋ ਜਾਣਾ। ਸੋ ਜਿਸ ਤਰ੍ਹਾਂ ਅੱਜ ਇੱਥੇ ਪਿੰਡ ਘੜੂਮ ਦੇ ਵਿੱਚ ਬੰਨ ਟੁੱਟ ਗਿਆ ਸੀ 19 ਤਰੀਕ ਦਾ, ਫਿਰ ਸੇਵਾ ਚੱਲ ਰਹੀ ਹੈ, ਕੀ ਮੈਸੇਜ ਦੇਣਾ ਚਾਹੁੰਦੇ ਜਨਤਾ? ਸੇਵਾ 'ਤੇ ਜਿਹੜੀ ਸੰਗਤ ਲੱਗੀ ਹੈ ਜੀ, ਇਹਨਾਂ ਦਾ ਧੰਨਵਾਦ ਆ। ਸਭ ਤੋਂ ਵੱਡਾ ਧੰਨਵਾਦ ਸਾਡੇ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਸੰਪਰਦਾਇ ਸਰਿਆਲੀ, ਬਹੁਤ ਮਹਾਨ ਉੱਤਮ ਸੇਵਾ ਉਹਨਾਂ ਦੀ। ਸੰਗਤ ਨੂੰ ਲੈ ਕੇ ਸਾਡੇ ਇੱਥੇ ਪਾੜ 'ਤੇ ਪਹੁੰਚਦੇ ਆ ਉਹ 19 ਤਰੀਕ ਦਾ ਇੱਥੋਂ ਅਸੀਂ ਉਦੋਂ ਜਦੋਂ ਬੰਨ ਟੁੱਟਾ ਤਾਂ ਸਾਰੇ ਹੀ ਪਿਛਾਹ ਨੂੰ ਉਤਰੇ ਹਾਂ, ਪਰ ਮਹਾਂਪੁਰਖਾਂ ਨੇ ਬੜਾ ਸਹਿਯੋਗ ਉਸ ਦਿਨ ਦਾ ਦਿੱਤਾ ਕਿ ਆਪਾਂ ਬੰਨ ਨੂੰ ਡੱਕ ਲਾਉਣੀ ਇਹਨੂੰ, ਕਿਉਂ ਇੱਧਰ ਪਿੰਡ ਜਿਹੜਾ ਸਾਡੇ ਆ ਬਹੁਤ ਜ਼ਿਆਦਾ ਡੁੱਬ ਰਹੇ ਆ, ਨੀਵਾਂ ਥਾਂ ਹੈ, ਇੱਧਰ ਨਵੇਂ ਨੀਵਾਂ ਥਾਂ ਹੈ ਅਤੇ ਇੱਧਰ ਜ਼ਿਆਦਾ ਨੁਕਸਾਨ ਇੱਧਰ ਬਹੁਤ ਜ਼ਿਆਦਾ ਹੋ ਗਿਆ। ਤਾਂ ਇਹਨੂੰ ਤੁਸੀਂ ਕੈਮਰਾ ਘੁਮਾ ਕੇ ਵੇਖੋਗੇ ਝੋਨੇ ਦਾ ਇੱਧਰ ਤਾਂ ਰਿਹਾ ਕੱਖ ਨਹੀਂ, ਇੱਧਰ ਵੀ ਕੰਮ ਉਹ ਹੀ ਹੋ ਗਿਆ ਵਾ, ਕਿਉਂ ਡੁੱਬ ਚੁੱਕੇ ਲੋਕ ਘਰਾਂ ਦੇ ਵਿੱਚੋਂ ਨਿਕਲ ਚੁੱਕੇ ਆ। ਅਸੀਂ ਆਉਣ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ